संत बाबा आनंद सिंह जी महापुरख आ गए, दूर तो दीवा जगदा देखा, रात का टाइम सी, कहिंदे भाई रात कटनी है, कहिंदे जो दीवा जगदा है ये टक्की दे च राड़ा साहब, कहिंदे ठीक है पैसे, कहिंदे गृहस्थियां दे बिना बिना बुलाए नहीं जाईदा, साधुआं दे बिना बुलाए चली जाईदा, ये अपनी ना। बाबा आनंद सिंह जी उत्थे आ गए। हुण उह सी बिरक्त साधु जिहड़ी कुटिया च गए जाण लगे तीला ला जाणा, ਇਹ ਬਣਾ ਹੋਵੇ ਵੀ ਕੁਟੀਆ ਹੈਗੀ ਪਿੱਛੇ। ਚਲੋ ਮਹਾਂਪੁਰਖਾਂ ਨੇ ਵੱਡੇ ਜਾਣ ਕੇ ਸਤਿਕਾਰ ਕੀਤਾ। ਸਵੇਰ ਦੇ ਬਾਅਦ ਜਦੋਂ ਵਿਦਾਇਗੀ ਹੋਣ ਲੱਗੀ, ਸੰਤ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸੰਤ ਜੀ ਆਹ ਕੀ ਦੇਖ ਰਿਹਾ ਮੈਂ, ਬਿਲਡਿੰਗਾਂ ਕਨੀ ਹੱਥ ਕਰਕੇ ਇਹ ਕੀ ਹੋਣ ਲੱਗਿਆ। ਮਹਾਂਪੁਰਖਾਂ ਨੇ ਅਦਬ ਵੀ ਪੂਰਾ ਰੱਖਿਆ ਅਤੇ ਉੱਤਰ ਵੀ ਸਿਰੇ ਦਾ ਦਿੱਤਾ। ਕਹਿੰਦੇ ਮਹਾਂਪੁਰਖੋ, ਇਹ ਸਭ ਕੁਛ ਜ਼ਮੀਨ 'ਤੇ ਹੀ ਹੋ ਰਿਹਾ, ਮੇਰੇ ਹਿਰਦੇ 'ਚ ਨਹੀਂ, ਜ਼ਮੀਨ 'ਤੇ ਹੀ ਹੈ ਜਿਹੜਾ ਕੁਛ ਹੈ। ਤੋ ਐਸੇ ਮਹਾਂਪੁਰਖ ਜਿਨ੍ਹਾਂ ਦੀ ਯਾਦਾਂ ਮਨਾਉਣ ਤੋਂ ਭਾਵ ਹੈ, ਕਿਤੇ ਸਾਨੂੰ ਵੀ ਸਾਡੇ ਇਸ ਮੂਰਖ ਮਨ ਨੂੰ ਪ੍ਰੇਰਨਾ ਮਿਲ ਜਾਏ ਨਾਮ ਜਪਣ ਦੀ, ਅਤੇ ਜਿਨ੍ਹਾਂ ਦੀ ਰਸਨਾ 'ਤੇ ਹਰ ਵੇਲੇ ਵਾਹਿਗੁਰੂ ਸੀ, ਜਿਨ੍ਹਾਂ ਦੀ ਨੇਤਰਾਂ ਦੇ ਵਿੱਚ ਵੀ ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ, ਅਤੇ ਐਸੇ ਮਹਾਂਪੁਰਸ਼ਾਂ ਦੀ ਕਮਾਈ ਨੂੰ ਰੋਮ ਰੋਮ ਕਰਕੇ ਨਮਸਕਾਰ ਹੈ। ਸਿੱਖ ਜਗ ਦੇ ਹੋਰ ਵੀ ਜਿੰਨੇ ਮਹਾਂਪੁਰਸ਼ ਕਮਾਈਆਂ ਵਾਲੇ, ਜਿੰਨੇ ਗੁਰਸਿੱਖ, ਸਭ ਨੂੰ ਇਹ ਨਮਸਕਾਰ ਹੈ।